ਮੱਥਾ ਟੇਕ ਲਈ ਤਾਂ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਠੀਕ ਤਾਂ ਜਿੱਥੇ ਦਵਿੰਦਰ ਯਾਦਵ ਇੱਥੇ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੋ ਕਿ ਤਾਂ ਕੋਸ਼ਿਸ਼ ਜ਼ਰੂਰ ਉਹਨਾਂ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਕਰਨ ਦੀ ਤੁਸੀਂ ਸਭ ਕੁਛ ਕਹਿਣਾ ਚਾਹੋਗੇ ਕੁਛ ਨਹੀਂ ਮਿੱਤਰ ਪਿਆਰੇ ਹੁਣੇ ਥੋੜ੍ਹੀ ਦੇਰ ਬਾਅਦ ਕਹਿੰਦਾ ਮੈਂ ਇਕੱਲਾ ਕਹਿ ਗਿਆ ਇਕੱਲਾ ਬੋਲੂੰਗਾ ਮੈਂ ਇਕੱਲਾ ਬੋਲੂੰਗਾ ਸਿੱਧੂ ਨੇ ਇਹ ਸਪਸ਼ਟ ਕੀਤਾ ਕਿ ਮੈਂ ਜ਼ਰੂਰ ਗੱਲਬਾਤ ਕਰਾਂਗਾ ਔਰ ਪਹਿਲਾਂ ਸਵਾਗਤ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਮੈਂ ਗੱਲਬਾਤ ਵੀ ਜ਼ਰੂਰ ਕਰਾਂਗਾ ਮੀਡੀਆ ਦੇ ਨਾਲ ਤਾਂ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੁਣ ਤੱਕ ਇੱਕ ਬਹੁਤ ਵੱਡੀ ਪੰਜਾਬ ਕਾਂਗਰਸ ਦੇ ਵਿੱਚ ਚਰਚਾ ਛਿੜੀ ਹੋਈ ਸੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਾਂ ਰਾਜਾ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਫਿਲਹਾਲ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਦਵਿੰਦਰ ਯਾਦਵ ਦੇ ਬਿਲਕੁਲ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੇ ਨੇ ਹਾਲਾਂਕਿ ਦਵਿੰਦਰ ਯਾਦਵ ਨੇ ਵੀ ਕੋਈ ਬਹੁਤੀ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਉਹਨਾਂ ਦਾ ਕਹਿਣਾ ਕਿ ਪਹਿਲਾਂ ਵਰਕਸ਼ੋਪ ਕਰਕੇ ਉਸ ਤੋਂ ਬਾਅਦ ਮੀਡੀਆ ਦੇ ਜੋ ਟਾਰਗੇਟ ਹੋ ਸਕਦੇ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਸਪਸ਼ਟ ਕੀਤਾ ਕਿ ਉਹ ਦਰਸ਼ਨ ਕਰਨ ਤੋਂ ਬਾਅਦ ਜਦੋਂ ਬਾਹਰ ਆਉਣਗੇ ਤਾਂ ਫਿਰ ਮੀਡੀਆ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਏਗੀ ਜੀ ਗਗਨ ਡਿਸਟਰਬੈਂਸ ਪਰ ਜਿੰਨਾ ਕੁ ਅਸੀਂ ਸਮਝ ਸਕਿਆ ਜਿੰਨਾ ਕੁ ਸੁਣ ਪਾਇਆ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਤੁਸੀਂ ਕੀਤੀ ਪਰ ਹਜੇ ਕਾਂਗਰਸ ਦੇ ਲੀਡਰ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੇ ਨੇ ਮੱਥਾ ਟੇਕਿਆ ਜਾਵੇਗਾ ਔਰ ਉਸ ਤੋਂ ਬਾਅਦ ਫਿਰ ਕੁਝ ਕਹਿਣਗੇ ਔਰ ਇਹ ਤਸਵੀਰ ਥੋੜ੍ਹਾ ਜਿਹਾ ਧਿਆਨ ਨਾਲ ਦੇਖਣ ਵਾਲੀ ਇਹ ਫਰੇਮਿੰਗ ਇਸ ਤਰ੍ਹਾਂ ਦੀ ਨਹੀਂ ਹੈਗੀ ਪਰ ਇਸ ਫਰੇਮਿੰਗ ਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਹੈ ਨਵਜੋਤ ਸਿੰਘ ਸਿੱਧੂ ਅੱਗੇ ਤੁਰ ਰਹੇ ਨੇ ਰਾਜਾ ਵੜਿੰਗ ਉਹਨਾਂ ਦੇ ਬਿਲਕੁਲ ਪਿੱਛੇ ਪਿੱਛੇ ਔਰ ਉਹਨਾਂ ਦੇ ਬਿਲਕੁਲ ਪਿੱਛੇ ਨੇ ਦੇਵਿੰਦਰ ਯਾਦਵ ਇਹ ਤਸਵੀਰ ਹੈ ਕਾਂਗਰਸ ਦੇ ਆਗੂਆਂ ਦੀ ਪਾਰਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜੀ ਅੰਮ੍ਰਿਤਸਰ ਦੇ ਵਿੱਚ ਐਕਟਿਵ ਲੀਡਰ ਨੇ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਤੋਂ ਬਾਅਦ ਨੇ ਸਭ ਤੋਂ ਲਾਸਟ ਦੇ ਵਿੱਚ ਚੱਲ ਰਹੇ ਨੇ ਦੇਵਿੰਦਰ ਯਾਦਵ ਜਿਹੜੇ ਇੰਚਾਰਜ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਹਰੀਸ਼ ਚੌਧਰੀ ਪਹਿਲਾਂ ਇੰਚਾਰਜ ਹੁੰਦੇ ਸੀਗੇ ਉਹਨਾਂ ਤੋਂ ਇਹ ਜ਼ਿੰਮੇਵਾਰੀ ਲੈ ਕੇ ਦੇਵਿੰਦਰ ਯਾਦਵ ਨੂੰ ਜ਼ਿੰਮੇਵਾਰੀ ਦਿੱਤੀ ਗਈ ਔਰ ਕਿਉਂ ਇਹ ਜ਼ਿੰਮੇਵਾਰੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂ ਅਹਿਮ ਹੋ ਜਾਂਦੀ ਹੈ 2024 ਦਾ ਵਰਾ ਚੋਣਾਂ ਦਾ ਵਰਾ ਹੈ ਲੋਕ ਸਭਾ ਚੋਣਾਂ ਦਾ ਵਰਾ ਉਹ ਲੋਕ ਸਭਾ ਚੋਣਾਂ ਦੇ ਵਿੱਚ ਖਾਸ ਕਰਕੇ ਜਦੋਂ ਚਰਚਾ ਇਹ ਚੱਲ ਰਹੀ ਹੈ ਕਿ INDI ਅਲਾਇੰਸ ਉਸੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਣੀ ਹੈ ਆਪਣੇ ਆਪ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਹੈ ਇੱਕ ਪਾਸੇ ਦੇਵਿੰਦਰ ਯਾਦਵ ਦੀ ਪੰਜਾਬ ਦੇ ਵਿੱਚ ਇਹ ਪਹਿਲੀ ਫੇਰੀ ਲੈਂਡਿੰਗ ਅੱਜ ਹੋਈ ਹੈ ਦੂਜੇ ਪਾਸੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਸੋ ਇਹ ਜਦੋਂ ਸਿਨੈਰੀਓ ਤਿਆਰ ਹੋ ਰਿਹਾ ਹੈ ਇਸ ਸਿਨੈਰੀਓ ਦੇ ਵਿੱਚ ਦੇਵਿੰਦਰ ਯਾਦਵ ਦੀ ਭੂਮਿਕਾ ਆਪਣੇ ਆਪ ਵਿੱਚ ਅਹਿਮ ਹੋ ਜਾਵੇਗੀ ਦੇਵਿੰਦਰ ਯਾਦਵ ਦੀ ਜ਼ਿੰਮੇਵਾਰੀ ਵੱਧ ਜਾਵੇਗੀ ਜੇਕਰ ਪਾਰਟੀ ਲੈਵਲ ਤੇ ਹਾਈਕਮਾਨ ਦੇ ਲੈਵਲ ਤੇ ਕੋਈ ਫੈਸਲਾ ਹੁੰਦਾ ਹੈ ਸੀਟ ਸ਼ੇਅਰਿੰਗ ਪੰਜਾਬ ਦੇ ਵਿੱਚ ਕਰਨੀ ਹੈ ਨਹੀਂ ਕਰਨੀ ਦੋਵੇਂ ਸਿਚੁਏਸ਼ਨ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਰਹੇਗੀ ਪਾਰਟੀ ਦੀ ਕਿਸ ਤਰੀਕੇ ਦੀ ਰਣਨੀਤੀ ਘੜੀ ਜਾਵੇਗੀ ਪੰਜਾਬ ਦੇ ਵਿੱਚ ਇਹ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੋਵੇਗੀ ਔਰ ਇਸ ਦੇ ਨਾਲ ਹੀ ਪਾਰਟੀ ਦੇ ਅੰਦਰ ਜੋ ਸਿਨੈਰੀਓ ਹੈਗਾ ਉਸ ਸਿਨੈਰੀਓ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਆਪਣੇ ਲੈਵਲ ਤੇ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਹਾਲਾਂਕਿ
ਉਹਨਾਂ ਦੇ ਪੋਸਟਰ ਵਿੱਚ ਕਿਸਦੀ ਤਸਵੀਰ ਸ਼ਾਮਿਲ ਹੈ, ਕਿਸਦੀ ਨਹੀਂ ਸ਼ਾਮਿਲ, ਇਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਇਸ ਤਸਵੀਰ ਦੇ ਵਿੱਚ ਫਿਲਹਾਲ ਨਜ਼ਰ ਨਹੀਂ ਆ ਰਹੇ, ਫਿਲਹਾਲ ਦੀ ਘੜੀ ਨਜ਼ਰ ਨਹੀਂ ਆ ਰਹੇ। ਹੋ ਸਕਦਾ ਬਾਅਦ ਦੇ ਵਿੱਚ ਸ਼ਾਮਿਲ ਹੋਣ, ਹੋ ਸਕਦਾ ਉਹਨਾਂ ਦਾ ਵੇ ਹੋਣ, ਕਿਉਂਕਿ ਮੌਸਮ ਜਿਹੜਾ ਹੈਗਾ ਠੰਡ ਦਾ ਹੈ। ਸੋ ਇਸ ਸਭ ਦੇ ਵਿਚਾਲੇ ਇਹ ਤਿੰਨ ਜਿਹੜੇ ਚਿਹਰੇ ਨੇ, ਇਹਨਾਂ ਤਿੰਨਾਂ ਚਿਹਰਿਆਂ 'ਚੋਂ ਦੋ ਦੇ ਕੋਲ ਤਾਂ ਅਹੁਦੇ ਨੇ, ਇੱਕ ਪਾਰਟੀ ਦੇ ਪ੍ਰਧਾਨ ਨੇ, ਦੂਜੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਪਰ ਤੀਜੇ ਜਿਨ੍ਹਾਂ ਦੇ ਕੋਲ ਇੱਕ ਪਰਮਾਨੈਂਟ ਟੈਗ ਹੈਗਾ ਸਟਾਰ ਪ੍ਰਚਾਰਕ ਦਾ, ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਆਉਂਦੀ ਹੈ, ਤਾਂ ਨਵਜੋਤ ਸਿੰਘ ਸਿੱਧੂ ਦਾ ਨਾਂ ਉਸ 'ਤੇ ਵੀ ਸ਼ਾਮਿਲ ਰਹਿੰਦਾ ਹੈ। ਔਰ ਕਾਂਗਰਸ ਹਾਈਕਮਾਨ ਨੂੰ ਵੀ ਕਿਤੇ ਨਾ ਕਿਤੇ ਇਹ ਪਤਾ ਹੈ ਕਿ ਇਕੱਲਾ ਪੰਜਾਬ ਹੀ ਨਹੀਂ, ਸਗੋਂ ਪੰਜਾਬ ਤੋਂ ਬਾਹਰ ਸਿੱਧੂ ਦੀ ਇੰਪੋਰਟੈਂਸ ਉਸ 'ਤੇ ਲਈ ਕੀ ਹੈ। ਸਿੱਧੂ ਨੂੰ ਸਟੇਜ 'ਤੇ ਲਿਜਾਇਆ ਜਾਣਾ, ਲੋਕਾਂ ਨੂੰ ਕਿਸ ਤਰੀਕੇ ਇਹ ਕਹਿ ਲਿਆ ਜਾਵੇ ਕਿ ਖਿੱਚਦਾ ਹੈ, ਜਾਂ ਲੋਕਾਂ ਦੀ ਖਿੱਚ ਦਾ ਕੇਂਦਰ ਸਿੱਧੂ ਬਣਦੇ ਨੇ, ਸਿੱਧੂ ਦਾ ਅੰਦਾਜ਼, ਸਿੱਧੂ ਦਾ ਅਟੈਕਿੰਗ ਅੰਦਾਜ਼ ਜਿਹੜਾ ਹੈਗਾ, ਉਸ ਤਰੀਕੇ ਦੇ ਲੀਡਰ ਕਾਂਗਰਸ ਦੇ ਕੋਲ ਘੱਟ ਨੇ। ਔਰ ਇਸ ਸਭ ਦੇ ਵਿਚਾਲੇ ਅੱਜ ਜਿਹੜੀ ਦੇਵਿੰਦਰ ਯਾਦਵ ਦੀ ਇਹ ਪਹਿਲੀ ਫੇਰੀ ਹੈ, ਸੋ ਇਸ ਪਹਿਲੀ ਫੇਰੀ ਤੋਂ ਪਹਿਲਾਂ ਇਹ ਸਾਰੇ ਚੈਲੇਂਜਸ ਤਿਆਰ ਨੇ ਦੇਵਿੰਦਰ ਯਾਦਵ ਦੇ ਲਈ, ਔਰ ਇਹਨਾਂ ਚੈਲੇਂਜਸ ਨੂੰ ਕਿਵੇਂ ਉਹ ਸਰ ਕਰਦੇ ਨੇ, ਕਿਵੇਂ ਇਹਨਾਂ ਲੀਡਰਸ ਦੇ ਵਿਚਾਲੇ ਆਪਸੀ ਕੋਆਰਡੀਨੇਸ਼ਨ ਕਾਇਮ ਕਰ ਪਾਉਂਦੇ ਨੇ, ਕਿਵੇਂ ਇਹਨਾਂ ਲੀਡਰਸ ਨੂੰ ਆਪਸ ਦੇ ਵਿੱਚ ਇੱਕ ਦੂਜੇ ਨਾਲ ਬਿਠਾ ਕੇ ਗੱਲਬਾਤ ਕਰਨ ਦੇ ਲਈ, ਔਰ ਗੱਲਬਾਤ ਹੀ ਨਹੀਂ ਸਗੋਂ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਲਈ ਤਿਆਰ ਕਰਦੇ ਨੇ, ਇਹ ਦੇਵਿੰਦਰ ਯਾਦਵ ਦੇ ਲਈ ਆਪਣੇ ਆਪ ਵਿੱਚ ਇੱਕ ਵੱਡਾ ਚੈਲੇਂਜ ਹੈ। ਇਸ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਪਾਰਟੀ ਦੇ ਵੱਲੋਂ, ਓਬਜ਼ਰਵਰ ਦੀ ਜਾਂ ਇਹ ਕਹਿ ਲਈ ਜਾਵੇ ਇੰਚਾਰਜ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਉਹਨਾਂ ਦੇ ਕੋਲ, ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਆਪਣੇ ਆਪ ਵਿੱਚ ਕਾਫੀ ਅਹਿਮ ਰਹਿਣ ਵਾਲੀ ਹੈ ਇਸ ਸਾਲ ਦੇ ਵਿੱਚ 2024 ਦੇ ਵਿੱਚ। ਰਾਜਾ ਵੜਿੰਗ ਸੱਜੇ ਹੱਥ ਚੱਲ ਰਹੇ ਨੇ ਦੇਵਿੰਦਰ ਯਾਦਵ ਦੇ, ਨਵਜੋਤ ਸਿੰਘ ਸਿੱਧੂ ਖੱਬੇ ਹੱਥ ਨੇ, ਸਿੱਧੂ ਦੇ ਨਾਲ ਗੱਲਬਾਤ ਕਰ ਰਹੇ ਨੇ ਦੇਵਿੰਦਰ ਯਾਦਵ, ਵਿੱਚ ਵਿਚਾਲੇ ਗੱਲਬਾਤ ਹੋ ਰਹੀ ਹੈ। ਰਾਜਾ ਵੜਿੰਗ ਬਿਲਕੁਲ ਸ਼ਾਂਤ ਸੁਭਾਅ ਦੇ ਨਾਲ ਨਾਲ ਤੁਰਦੇ ਹੋਏ ਨਜ਼ਰ ਆ ਰਹੇ ਨੇ। ਔਰ ਇਸ ਸਭ ਦੇ ਵਿਚਾਲੇ ਇੱਕ ਹੋਰ ਗੱਲ ਜਿਹੜੀ ਅਹਿਮ ਹੈ ਕਿ ਜਦੋਂ ਹਾਈਕਮਾਨ ਦੇ ਨਾਲ ਮੀਟਿੰਗ ਹੋਈ ਸੀ ਦੇਵਿੰਦਰ ਯਾਦਵ ਦੇ ਇੰਚਾਰਜ ਬਣਨ ਤੋਂ ਬਾਅਦ, ਜਦੋਂ ਪਾਰਟੀ ਲੀਡਰਸ ਨੂੰ ਸੱਦਿਆ ਗਿਆ ਸੀ, ਦਿੱਲੀ ਗਏ ਸੀਗੇ ਪਾਰਟੀ ਲੀਡਰ, ਔਰ ਮੀਟਿੰਗ ਹੋਈ, ਤਾਂ ਉਸ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਗਲੇ ਦਿਨ ਪੰਜਾਬ ਭਵਨ ਦੇ ਵਿੱਚ, ਦਿੱਲੀ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਰੁੱਕ ਕੇ ਇਹ ਕਿਹਾ ਸੀ ਕਿ ਉਹਨਾਂ ਨੂੰ ਦੇਵਿੰਦਰ ਯਾਦਵ ਨੇ ਕਿਹਾ ਕਿ ਰੁੱਕ ਕੇ ਗੱਲ ਕਰਨਗੇ। ਸੋ ਸਿੱਧੂ ਰੁਕੇ ਸੀਗੇ ਔਰ ਉਹਨਾਂ ਨੇ ਗੱਲਬਾਤ ਕੀਤੀ ਸੀ, ਔਰ ਉਸ ਤੋਂ ਬਾਅਦ ਇਹ ਤਸਵੀਰ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਦੇਵਿੰਦਰ ਯਾਦਵ ਨੂੰ ਮਿਲਣ ਦੇ ਲਈ। ਰਾਜਾ ਵੜਿੰਗ ਹਾਲਾਂਕਿ ਰਿਸੀਵ ਕਰਨ ਲਈ ਪਹੁੰਚੇ ਸੀਗੇ, ਰਾਜਾ ਵੜਿੰਗ ਨਾਲ ਤੁਰ ਰਹੇ ਨੇ, ਰਾਜਾ ਵੜਿੰਗ ਦੇ ਨਾਲ ਨਵਜੋਤ ਸਿੰਘ ਸਿੱਧੂ। ਸੋ ਇਹ ਤਸਵੀਰ ਜਿਹੜੀ ਹੈ ਇਹ ਆਪਣੇ ਆਪ ਵਿੱਚ ਹੁਣ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਕੀ ਰਹਿਣ ਵਾਲਾ ਹੈ, ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸ ਤਰੀਕੇ ਕਿਸ ਤਰੀਕੇ ਦੀ ਤਿਆਰੀ ਹੋਵੇਗੀ, ਇਹ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੋਵੇਗੀ। ਸੋ ਕਿਤੇ ਨਾ ਕਿਤੇ ਇਸ ਤਸਵੀਰ ਦੇ ਵਿੱਚ ਜੋ ਕੁਛ ਨਜ਼ਰ ਆ ਰਿਹਾ, ਪਹਿਲੀ ਗੱਲ ਜਿਹੜੀ ਨਜ਼ਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਰਾਜਾ ਵੜਿੰਗ ਦੇ ਵਿਚਾਲੇ ਜ਼ਿਆਦਾ ਗੱਲਬਾਤ ਇਸ ਤਸਵੀਰ ਦੇ ਵਿੱਚ ਨਜ਼ਰ ਨਹੀਂ ਆ ਰਹੀ। ਨਵਜੋਤ ਸਿੰਘ ਸਿੱਧੂ ਦੇਵਿੰਦਰ ਯਾਦਵ ਦੇ ਨਾਲ ਗੱਲਬਾਤ ਕਰ ਰਹੇ ਨੇ, ਦੇਵਿੰਦਰ ਯਾਦਵ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਦੇਵਿੰਦਰ ਯਾਦਵ ਰਾਜਾ ਵੜਿੰਗ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਵਿੱਚ ਵਿਚਾਲੇ, ਰਾਜਾ ਵੜਿੰਗ ਵੀ ਆਪਣੀ ਗੱਲ ਰੱਖ ਰਹੇ ਨੇ, ਔਰ ਰਾਜਾ ਵੜਿੰਗ ਹੁਣ ਹਾਲਾਂਕਿ ਕਿਉਂਕਿ ਇਹ ਪਰਿਕਰਮਾ ਦੇ ਵਿੱਚ ਨੇ ਔਰ ਪਰਿਕਰਮਾ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ ਰਹਿ ਗਏ ਨੇ। ਰਾਜੀਵ ਲਗਾਤਾਰ ਮੇਰੇ ਨਾਲ ਮੌਜੂਦ ਨੇ। ਰਾਜੀਵ, ਤਸਵੀਰ ਬਦਲ ਰਹੀ ਹੈ ਔਰ ਇਹ ਤਸਵੀਰ ਜਿਸ ਤਰੀਕੇ ਬਦਲ ਰਹੀ ਹੈ ਕਿ ਕਾਂਗਰਸ ਦੀ ਅੰਦਰੂਨੀ ਸਿਆਸਤ ਵੀ ਇਸੇ ਤਰੀਕੇ ਬਦਲਦੀ ਹੋਈ ਨਜ਼ਰ ਆ ਰਹੀ ਹੈ। ਰਾਜੀਵ,
ਬਿਲਕੁਲ, ਜਿਹੜੀਆਂ ਤਸਵੀਰਾਂ ਨੇ ਉਹ ਬਹੁਤ ਕੁਝ ਸਿਆਸਤ ਦੇ ਵਿੱਚ ਬਿਆਨ ਕਰਦੀਆਂ ਨੇ। ਔਰ ਜਿੱਦਾਂ ਹੀ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਕਾਫਲਾ ਇੱਥੇ ਪਹੁੰਚਦਾ ਹੈ, ਔਰ ਰਾਜਾ ਵਰਿੰਗ ਜੋ ਹੈ ਉਹ ਖੁਦ ਜਿਹੜੀ ਗੱਡੀ ਡਰਾਈਵ ਕਰਕੇ ਇੱਥੇ ਪਹੁੰਚਦੇ ਨੇ ਦਵਿੰਦਰ ਯਾਦਵ ਦੇ ਨਾਲ, ਔਰ ਕੁਝ ਹੀ ਪਲਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਉੱਥੇ ਨਜ਼ਰ ਆਉਂਦੇ ਨੇ। ਔਰ ਨਵਜੋਤ ਸਿੰਘ ਸਿੱਧੂ ਦੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਕੱਲਾ ਗੱਲ ਕਰਾਂਗਾ, ਯਾਨੀ ਕਿ ਉਹ ਪਾਰਟੀ ਦੇ ਹੋਰ ਆਗੂਆਂ ਦੇ ਸਾਹਮਣੇ ਕੁਝ ਵੀ ਬੋਲਣਾ ਨਹੀਂ ਚਾਹੁੰਦੇ। ਲਾਜ਼ਮੀ ਤੌਰ 'ਤੇ ਉਹਨਾਂ ਦਾ ਜਿਹੜਾ ਬਿਆਨ ਹੋਏਗਾ ਉਹ ਕਿਤੇ ਨਾ ਕਿਤੇ ਜਿਹੜੀ ਹੁਣ ਤੱਕ ਜਿਸ ਤਰੀਕੇ ਦੀ ਬਿਆਨਬਾਜ਼ੀ ਆ ਰਹੀ ਹੈ, ਜਿਸ ਤਰੀਕੇ ਦੇ ਨਾਲ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਕਾਈਆਂ ਨੇ ਉਹ ਸਿੱਧੂ ਦੇ ਨਾਲ ਨਾਰਾਜ਼ ਨਜ਼ਰ ਆ ਰਹੀਆਂ ਨੇ, ਤਾਂ ਉਹਨਾਂ ਚੀਜ਼ਾਂ 'ਤੇ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਬੋਲਣਾ ਚਾਹੁੰਦੇ ਨੇ। ਤਾਂ ਦਰਬਾਰ ਸਾਹਿਬ ਦੀ ਫਿਲਹਾਲ ਪਰਿਕਰਮਾ ਦੇ ਵਿੱਚ ਨੇ ਸਾਰੇ ਆਗੂ, ਔਰ ਕਾਫਿਲਾ ਕਿਉਂਕਿ ਬਹੁਤ ਜ਼ਿਆਦਾ ਲੰਬਾ ਹੈ ਤਾਂ ਸਾਰੇ ਜਿਹੜੇ ਆਗੂ ਨੇ ਉਹ ਹੌਲੀ ਹੌਲੀ ਪਹੁੰਚ ਰਹੇ ਨੇ। ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜ਼ਿਕਰ ਕਰ ਰਹੇ ਹੋ ਕਿ ਪ੍ਰਤਾਪ ਬਾਜਵਾ ਜਾਂ ਹੋਰ, ਉਹ ਵੀ ਆਗੂ ਪਹੁੰਚ ਸਕਦੇ ਨੇ ਕਿਉਂਕਿ ਕਈ ਆਗੂ ਹਾਲੇ ਜੋ ਹੈ ਦੇਰੀ ਦੇ ਨਾਲ ਪਹੁੰਚ ਰਹੇ ਨੇ, ਔਰ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਦਵਿੰਦਰ ਯਾਦਵ ਦੇ ਨਾਲ ਉਹ ਅੰਦਰ ਪਰਿਕਰਮਾ ਦੇ ਵਿੱਚ ਪਹੁੰਚਣ। ਤਾਂ ਜਿਹੜੀ ਤਸਵੀਰ ਦਰਬਾਰ ਸਾਹਿਬ ਦੇ ਬਾਹਰ ਨਜ਼ਰ ਆਈ, ਨਵਜੋਤ ਸਿੰਘ ਸਿੱਧੂ ਜੋ ਹੈ ਉਹ ਸਵਾਗਤ ਕਰਨ ਦੇ ਲਈ ਉੱਥੇ ਨਜ਼ਰ ਆਉਂਦੇ ਨੇ, ਉਹਨਾਂ ਨੂੰ ਵੱਲੋਂ ਜਿਹੜੇ ਫੁੱਲਾਂ ਦਾ ਜਿਹੜਾ ਬੁੱਕੇ ਹੈ ਉਹ ਭੇਂਟ ਕੀਤਾ ਜਾਂਦਾ ਹੈ। ਤਾਂ ਨਵਜੋਤ ਸਿੰਘ ਸਿੱਧੂ ਜ਼ਰੂਰ ਦਵਿੰਦਰ ਯਾਦਵ ਦੇ ਨਾਲ ਕੁਝ ਗੱਲਬਾਤ ਕਰਦੇ ਨਜ਼ਰ ਆਏ, ਪਰ ਰਾਜਾ ਵੜਿੰਗ ਦੇ ਨਾਲ ਜੋ ਹੈ ਤਾਲਮੇਲ ਉਹਨਾਂ ਦਾ ਬਹੁਤਾ ਨਜ਼ਰ ਨਹੀਂ ਆਇਆ। ਤਾਂ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਕੁਝ ਫਿਲਹਾਲ ਬਿਆਨ ਕਰ ਰਹੀਆਂ ਨੇ, ਪਰ ਕਿਉਂਕਿ ਦਵਿੰਦਰ ਯਾਦਵ ਵੱਲੋਂ ਫਿਲਹਾਲ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ, ਕਿਉਂਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਇਲਮ ਹੈ ਕਿ ਲਾਜ਼ਮੀ ਤੌਰ 'ਤੇ ਜਿਹੜਾ ਸਵਾਲ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸਤ ਹੈ ਉਸਦੇ ਨਾਲ ਜੁੜਿਆ ਜ਼ਰੂਰ ਹੋਏਗਾ ਕਿ ਪੰਜਾਬ ਕਾਂਗਰਸ ਦੇ ਵਿੱਚ ਜੇਕਰ ਸਿੱਧੂ ਪਾਰਟੀ ਦਾ ਹਿੱਸਾ ਰਹਿੰਦੇ ਨੇ ਤਾਂ ਕੀ ਉਹ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਜਾਂ ਜਿਸ ਤਰੀਕੇ ਦੇ ਨਾਲ ਜੋ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ, ਤਾਂ ਉਹਨਾਂ ਦਾ ਜਿਹੜਾ ਆਪਸੀ ਤਾਲਮੇਲ ਹੈ ਉਸਨੂੰ ਕਿਸ ਤਰੀਕੇ ਦੇ ਨਾਲ ਠੀਕ ਕੀਤਾ ਜਾਏਗਾ, ਕਿਉਂਕਿ ਫਿਲਹਾਲ ਤਾਂ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ। ਔਰ ਜਿਹੜੀ ਪਿਕਚਰ ਇਸ ਵੇਲੇ ਨਜ਼ਰ ਆ ਰਹੀ ਹੈ ਉਸਦੇ ਵਿੱਚ ਵੀ ਜਿਹੜੀ ਬੋਡੀ ਲੈਂਗੁਏਜ ਹੈ ਬਹੁਤ ਕੁਝ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਹੁਣ ਅਸੀਂ ਕਹਿ ਸਕਦੇ ਕਿ ਜਦੋਂ ਦਰਸ਼ਨ ਕਰਨ ਤੋਂ ਬਾਅਦ ਸਾਰੇ ਆਗੂ ਬਾਹਰ ਆਉਣਗੇ ਤਾਂ ਜਿੱਥੇ ਦਵਿੰਦਰ ਯਾਦਵ ਦੀ ਜਿਹੜੀ ਸਟੇਟਮੈਂਟ ਉਸਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹ ਇਹਨਾਂ ਆਗੂਆਂ ਨੂੰ ਆਪਸ ਦੇ ਵਿੱਚ ਇੱਕਜੁੱਟ ਕਰਨ ਦੇ ਲਈ, ਹਾਲਾਂਕਿ ਜਿਹੜਾ ਪੰਜਾਬ ਦਾ ਦੌਰਾ ਉਹਦੇ ਵਿੱਚ ਇਹ ਇੱਕ ਪਹਿਲਾਂ ਤੋਂ ਵੀ ਚਰਚਾ ਵੀ ਛਿੜੀ ਹੋਈ ਹੈ, ਔਰ ਇਸ ਮੁੱਦੇ 'ਤੇ ਲਾਜ਼ਮੀ ਤੌਰ 'ਤੇ ਵਿਚਾਰ ਚਰਚਾ ਜਿਹੜੇ ਪੰਜਾਬ ਦੇ ਹੋਰ ਆਗੂ ਨੇ ਜਾਂ ਜਿਹੜੇ ਵੱਖ ਵੱਖ ਜ਼ਿਲ੍ਹਿਆਂ ਦੇ ਜਿਹੜੇ ਇਕਾਈਆਂ ਨੂੰ ਲੀਡ ਕਰਨ ਵਾਲੇ ਆਗੂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਆਖਿਰਕਾਰ ਉਹਨਾਂ ਦੀ ਵੀ ਰਾਏ ਲਈ ਜਾਏਗੀ ਕਿ ਆਖਿਰਕਾਰ ਪੰਜਾਬ ਦੇ ਵਿੱਚ, ਕਿਉਂਕਿ ਅੱਗੇ ਚੋਣਾਂ ਬਿਲਕੁਲ ਸਿਰ 'ਤੇ ਨੇ ਲੋਕ ਸਭਾ ਚੋਣਾਂ, ਤਾਂ ਜੇਕਰ ਇਸ ਤਰੀਕੇ ਦੇ ਨਾਲ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਆਪਣੀ ਜਿਹੜੀ ਇੱਕ ਰੈਲੀ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਵਿਧਾਨ ਸਭਾ ਦੇ ਵਿੱਚ ਵੀ ਜੇਕਰ ਕੁਝ ਆਗੂ ਪਾਰਟੀ ਦੇ ਖਿਲਾਫ ਜਾਂ ਪਾਰਟੀ ਦੀ ਜਿਹੜੀ ਲਾਈਨ ਹੈ ਉਸ ਤੋਂ ਵੱਖ ਨਾ ਚੱਲਦੇ ਤਾਂ ਅੱਜ ਸਮੀਕਰਨ ਕੁਝ ਹੋਰ ਹੋਣੇ ਸੀ, ਪੰਜਾਬ ਦੇ ਵਿੱਚ ਸੀਟਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਹੋਣੀ ਸੀ। ਤਾਂ ਇਹ ਸਿਆਸੀ ਬਿਆਨਬਾਜ਼ੀ ਇੱਕ ਵੱਖਰੇ ਤੌਰ 'ਤੇ ਦੇਖੀ ਜਾਂਦੀ, ਪਰ ਇੱਕ ਕਿਸੇ ਆਗੂ ਨੂੰ ਲੈ ਕੇ ਜਦੋਂ ਬਿਆਨਬਾਜ਼ੀ ਪਾਰਟੀ ਦੇ ਵਿੱਚ ਹੀ ਉਹ ਪਾਰਟੀ ਦਾ ਹਿੱਸਾ ਜੇਕਰ ਕੋਈ ਆਗੂ ਹੈ ਤਾਂ ਉਸ 'ਤੇ ਵੱਲ ਜੇਕਰ ਇਸ਼ਾਰਾ ਕੀਤਾ ਜਾਵੇ ਤਾਂ ਜਿਹੜੀ ਹੇਠਲੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਵਰਕਰ ਨੇ ਜਾਂ ਜਿਹੜੇ ਸਮਰਥਕ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਦੁਵਿਧਾ ਵਾਲੀ ਸਥਿਤੀ ਜ਼ਰੂਰ ਪੈਦਾ ਹੁੰਦੀ ਹੈ। ਤਾਂ ਦਵਿੰਦਰ ਯਾਦਵ ਲਾਜ਼ਮੀ ਤੌਰ 'ਤੇ ਪੰਜਾਬ ਦੇ ਜਿਹੜੇ ਵਰਕਰ ਨੇ ਜਾਂ ਕਾਂਗਰਸ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸਪਸ਼ਟ ਸੁਨੇਹਾ ਉਹਨਾਂ ਵੱਲੋਂ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਕੋਈ ਦੁਵਿਧਾ ਨਾ ਰਹੇ। ਪਰ ਨਵਜੋਤ ਸਿੰਘ ਸਿੱਧੂ ਦੀ ਜੇਕਰ ਅਸੀਂ ਹੁਣ ਤੱਕ ਦਾ ਜਿਹੜਾ ਸਿਆਸੀ ਸਫ਼ਰ ਹੈ, ਚਾਹੇ ਉਹ ਜਦੋਂ ਬੀਜੇਪੀ ਦਾ ਹਿੱਸਾ ਸੀ ਪੰਜਾਬ ਦੇ ਵਿੱਚ, ਅਕਾਲੀ ਬੀਜੇਪੀ ਦੀ ਜਿਸ ਵੇਲੇ ਸਰਕਾਰ ਵੀ ਸੀ, ਤਾਂ ਉਹ ਹਮੇਸ਼ਾ ਹੀ ਆਪਣੀ ਇੱਕ ਵੱਖਰੀ
ਲਾਈਨ ਦੇ ਉੱਤੇ ਚੱਲਦੇ ਨਜ਼ਰ ਆਉਂਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ ਉਹ ਪੰਜਾਬ ਦੇ ਹੱਥ ਦੀ ਗੱਲ ਕਰਦੇ ਨੇ, ਹਾਲਾਂਕਿ ਜਦੋਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਦੀ ਗੱਲ ਆਈ ਤਾਂ ਉਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਭਲਾ ਚਾਹੁੰਦਾ ਤਾਂ ਮੈਂ ਪੰਜਾਬ ਦੇ ਭਲੇ ਦੇ ਲਈ ਜੇਕਰ ਮੈਨੂੰ ਜੋ ਵੀ ਕਰਨਾ ਪਿਆ ਮੈਂ ਉਹ ਜ਼ਰੂਰ ਕਰਾਂਗਾ। ਹਾਲਾਂਕਿ ਉਸ ਦੇ ਵਿੱਚ ਕਈ ਵਾਰ ਅਜਿਹੀਆਂ ਸਥਿਤੀਆਂ ਵੀ ਜ਼ਰੂਰ ਬਣਦੀਆਂ ਰਹੀਆਂ ਨੇ ਕਿ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ, ਪਾਰਟੀ ਦੇ ਜਿਹੜੇ ਆਗੂ ਨੇ, ਉਹ ਉਹਨਾਂ ਦੇ ਇਹਨਾਂ ਜਿਹੜੀ ਲਾਈਨ ਹੈ ਜਾਂ ਇਹਨਾਂ ਦਾ ਜਿਹੜਾ ਇੱਕ ਆਪਣਾ ਪੱਖ ਹੈ ਉਸਦੇ ਨਾਲ ਕਈ ਵਾਰ ਉਹਨਾਂ ਦੀ ਜਿਹੜੀ ਸਹਿਮਤੀ ਹੈ ਉਹ ਨਹੀਂ ਵੀ ਹੋਈ ਤਾਂ ਹੁਣ ਵੀ ਉਸੇ ਤਰੀਕੇ ਦੀ ਤਸਵੀਰ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਹੈ ਉਸਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਨਵੀਂ ਚਰਚਾ ਜ਼ਰੂਰ ਛੇੜੀ ਹੈ। ਜਦੋਂ ਤੋਂ ਉਹਨਾਂ ਵੱਲੋਂ ਇੱਕ ਵੱਖਰੇ ਤੌਰ 'ਤੇ ਰੈਲੀਆਂ ਕਰਨ ਦਾ ਜਿਹੜਾ ਐਲਾਨ ਹੈ ਜਾਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਤਾਂ ਕੱਲ੍ਹ ਇੱਕ ਬਠਿੰਡਾ ਦੇ ਵਿੱਚ ਰੈਲੀ ਹੋਈ, ਹੁਣ ਉਸ ਤੋਂ ਬਾਅਦ ਹੋਰ ਵੀ ਅੱਗੇ 15 ਤਰੀਕ ਨੂੰ ਵੀ ਰੈਲੀ ਦੀ ਗੱਲ ਕਹੀ ਜਾ ਰਹੀ ਹੈ ਤਾਂ ਗੱਡੀਆਂ ਦੇ ਜਿਹੜੇ ਕਾਫਲੇ ਨੇ ਕਿਉਂਕਿ ਹੂਟਰ ਦੀ ਆਵਾਜ਼ ਤੁਸੀਂ ਸੁਣ ਰਹੇ ਹੋਵੋਗੇ ਤਾਂ ਹਾਲੇ ਹੋਰ ਵੀ ਆਗੂ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਜਦੋਂ ਤੱਕ ਪੂਰਾ ਜਿਹੜਾ ਕਾਫਲਾ ਇੱਥੇ ਨਹੀਂ ਪਹੁੰਚਦਾ ਉਦੋਂ ਤੱਕ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਹੜੇ ਕਿਹੜੇ ਆਗੂ ਇੱਥੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਦਵਿੰਦਰ ਯਾਦਵ ਦਾ ਪਹੁੰਚੇ ਜਾਂ ਨਹੀਂ ਤਾਂ ਕੁਝ ਦੇਰ ਦੇ ਵਿੱਚ ਇਹ ਵੀ ਤਸਵੀਰ ਸਪਸ਼ਟ ਜ਼ਰੂਰ ਹੋਏਗੀ ਕਿਉਂਕਿ ਫਿਲਹਾਲ ਜਿਹੜੇ ਪ੍ਰਮੁੱਖ ਚਿਹਰੇ ਨੇ ਉਹਨਾਂ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ ਤਾਂ ਰਾਜਾ ਵੜਿੰਗ ਕਿਉਂਕਿ ਪਾਰਟੀ ਪ੍ਰਧਾਨ ਨੇ ਉਹਨਾਂ ਦਾ ਜ਼ਰੂਰ ਇੱਥੇ ਇੱਕ ਸ਼ਿਸ਼ਟਾਚਾਰ ਬਣਦਾ, ਇੱਕ ਉਹਨਾਂ ਦਾ ਆਉਣਾ ਬਣਦਾ ਸੀ। ਪਰ ਦੂਜੇ ਪਾਸੇ ਜੇਕਰ ਸਿਆਸੀ ਚਿਹਰਿਆਂ ਦੀ ਵੱਡਿਆਂ ਦੀ ਗੱਲ ਕੀਤੀ ਤਾਂ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਔਰ ਓਪੀ ਸੋਨੀ ਦੇ ਜੋ ਭਤੀਜੇ ਨੇ ਵਿਕਾਸ ਸੋਨੀ ਉਹ ਇੱਥੇ ਪਹੁੰਚੇ ਨੇ ਤਾਂ ਹੋਰ ਹੌਲੀ ਹੌਲੀ ਆਗੂ ਜਿਹੜੇ ਨੇ ਵਿਕਰਮ ਚੌਧਰੀ ਵੀ ਕੁਝ ਦੇਰ ਪਹਿਲਾਂ ਜੋ ਹੈ ਉਹ ਪ੍ਰਕਰਮਾਂ ਦੇ ਵਿੱਚ ਪਹੁੰਚੇ ਨੇ ਤਾਂ ਕਈ ਜਿਹੜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਆਗੂ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ। ਹਾਲਾਂਕਿ ਕੁਝ ਦੇਰ ਪਹਿਲਾਂ ਇਹ ਵੀ ਚਰਚਾ ਸੀ ਕਿ ਰਵਨੀਤ ਬਿੱਟੂ ਵੀ ਇੱਥੇ ਆ ਸਕਦੇ ਸਵਾਗਤ ਦੇ ਲਈ ਤਾਂ ਕੁਝ ਦੇਰ ਦੇ ਵਿੱਚ ਉਹ ਵੀ ਤਸਵੀਰ ਸਪਸ਼ਟ ਹੋਏਗੀ। ਪਰ ਜਿਹੜੀ ਸਭ ਤੋਂ ਅਹਿਮ ਤਸਵੀਰ ਅੱਜ ਦੀ ਹੈ ਪੰਜਾਬ ਕਾਂਗਰਸ ਦੀ ਸਿਆਸਤ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਔਰ ਰਾਜਾ ਵੜਿੰਗ, ਕਿਉਂਕਿ ਜਿਹੜਾ ਜਿਹੜੇ ਪੋਸਟਰ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦੀ ਰੈਲੀ ਦੇ ਨਾਲ ਸੰਬੰਧਿਤ ਲਗਾਏ ਗਏ ਸੀ ਉਸਦੇ ਵਿੱਚ ਰਾਜਾ ਵੜਿੰਗ ਦੀ ਤਸਵੀਰ ਜ਼ਰੂਰ ਸੀ, ਪਰ ਕੱਲ੍ਹ ਦੀ ਰੈਲੀ ਦੇ ਵਿੱਚ ਰਾਜਾ ਵੜਿੰਗ ਨਜ਼ਰ ਨਹੀਂ ਆਏ ਤਾਂ ਅੱਜ ਇਹ ਦੋਵੇਂ ਆਗੂ ਇੱਕ ਤਸਵੀਰ ਦੇ ਵਿੱਚ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਇੱਕ ਸੁਰ ਨਜ਼ਰ ਨਹੀਂ ਆ ਰਹੇ। ਇਹ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਸ ਗਰਮ ਜੋਸ਼ੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਇੱਕ ਜੋ ਸਟਾਈਲ ਹੈ ਕਿਸੇ ਦੇ ਨਾਲ ਮਿਲਣ ਦਾ, ਗੱਲਬਾਤ ਕਰਨ ਦਾ, ਤਾਂ ਉਸ ਤਰੀਕੇ ਦੇ ਨਾਲ ਦੋਵੇਂ ਆਗੂ ਜਿਹੜੇ ਨੇ ਉਹ ਮਿਲਦੇ ਨਜ਼ਰ ਨਹੀਂ ਆਏ ਤਾਂ ਕਿਤੇ ਨਾ ਕਿਤੇ ਨਜ਼ਰਾਂ ਜ਼ਰੂਰ ਇਹਨਾਂ ਦੀਆਂ ਆਪਸ ਦੇ ਵਿੱਚ ਮਿਲੀਆਂ ਪਰ ਦਿਲ ਕਿੰਨੇ ਕੁ ਮਿਲੇ ਨੇ ਉਹ ਕੁਝ ਦੇਰ ਬਾਅਦ ਸਪਸ਼ਟ ਹੋਏਗਾ ਜਦੋਂ ਦਵਿੰਦਰ ਯਾਦਵ ਦੇ ਨਾਲ ਗੱਲਬਾਤ ਕੀਤੀ ਜਾਏਗੀ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਿਉਂਕਿ ਇਸ਼ਾਰਾ ਕਰਕੇ ਗਏ ਨੇ ਕਿ ਉਹ ਬਾਹਰ ਆਉਣ ਤੋਂ ਬਾਅਦ ਇਕੱਲੇ ਜੋ ਹੈ ਉਹ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤਾਂ ਕੀ ਉਹਨਾਂ ਵੱਲੋਂ ਅੱਜ ਪੂਰਾ ਜੋ ਇਸ ਵੇਲੇ ਸਿਆਸੀ ਸਮੀਕਰਨ ਜਾਂ ਜਿਹੜੀਆਂ ਚਰਚਾਵਾਂ ਇਸ ਵੇਲੇ ਪੰਜਾਬ ਦੇ ਵਿੱਚ ਛਿੜੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਕੀ ਪੱਖ ਹੈ, ਕੀ ਉਹਨਾਂ ਦਾ ਇਸ ਨੂੰ ਲੈ ਕੇ ਬਿਆਨ ਹੋਏਗਾ, ਉਹ ਵੀ ਕਾਫੀ ਅਹਿਮ ਰਹਿਣ ਵਾਲਾ। ਤਾਂ ਕੁਝ ਦੇਰ ਬਾਅਦ ਜਦੋਂ ਸਾਰੇ ਆਗੂ ਬਾਹਰ ਆਉਣਗੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਾਜ਼ਮੀ ਤੌਰ ਤੇ ਕੀਤੀ ਜਾਏਗੀ। ਜੀ ਭਗਤ ਜੀ, ਬਿਲਕੁਲ ਬਿਲਕੁਲ, ਔਰ ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਕਹਿ ਕੇ ਗਏ ਨੇ ਕਿ ਉਹ ਆਉਣਗੇ ਗੱਲ ਕਰਨਗੇ ਪਰ ਇਕੱਲੇ ਗੱਲ ਕਰਨਗੇ, ਕੀ ਗੱਲ ਕਰਨਗੇ ਨਵਜੋਤ ਸਿੰਘ ਸਿੱਧੂ, ਇਹ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੋਵੇਗੀ ਕਿ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਔਰ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਹਾਂ, ਦਰਬਾਰ ਸਾਹਿਬ ਤੋਂ ਮੇਰੇ ਸਹਿਯੋਗੀ ਰਾਜੀਵ ਲਗਾਤਾਰ ਉੱਥੇ ਮੌਜੂਦ ਨੇ ਕਿਉਂਕਿ ਅੱਜ ਪਹੁੰਚੇ ਨੇ ਅੰਮ੍ਰਿਤਸਰ, ਦੇਵਿੰਦਰ ਯਾਦਵ ਇੰਚਾਰਜ ਨੇ ਪੰਜਾਬ ਕਾਂਗਰਸ ਦੇ, ਔਰ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਨੇ। ਨਤਮਸਤਕ ਹੋਣ ਤੋਂ ਬਾਅਦ ਫਿਰ ਸ਼ੁਰੂ ਹੋਏਗਾ ਦੌਰ, ਦੌਰ ਹੋਏਗਾ ਮੀਟਿੰਗਾਂ ਦਾ, ਔਰ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਸ ਦੌਰ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਕਿਸ ਤਰੀਕੇ ਉਹ ਮੀਟਿੰਗ ਹੋਣਗੀਆਂ, ਔਰ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਸ ਤਰੀਕੇ ਐਕਸ਼ਨ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ, ਐਕਸ਼ਨ ਜਿਹੜਾ ਹੈਗਾ ਉਹ ਦਿਖਾਇਆ ਜਾ ਰਿਹਾ, ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਉਹ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੋਵੇਗੀ।